ਅੱਜ ਸ਼ਨੀਚਰਵਾਰ ਦੁਪਹਿਰ ਦੇ 1 ਵਜੇ ਥਾਣਾ ਸਿਟੀ ਪਹੁੰਚੇ ਜਲਾਲਾਬਾਦ ਦੀ ਸਬਜ਼ੀ ਮੰਡੀ ਦੇ ਆੜ੍ਹਤੀਏ। ਜਾਣਕਾਰੀ ਦਿੰਦੇ ਹੋਏ ਸਬਜ਼ੀ ਮੰਡੀ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇੱਕ ਸ਼ਖਸ ਨੂੰ ਉਧਾਰ ਸਬਜ਼ੀ ਅਤੇ ਫਰੂਟ ਦਿੱਤਾ ਗਿਆ ਸੀ, ਜਿਸ ਤੋਂ ਉਹਨਾਂ ਨੇ ਜਦ ਹੁਣ ਪੈਸੇ ਦੀ ਮੰਗ ਕੀਤੀ ਹੈ ਤਾਂ ਉਸਦੇ ਵੱਲੋਂ ਸਾਰੇ ਹੀ ਆੜ੍ਹਤੀਆਂ ਦੇ ਨਾਲ ਬੁਰਾ ਵਰਤੀਰਾ ਕੀਤਾ ਜਾ ਰਿਹਾ। ਉਸਨੇ ਕਿਹਾ ਕਿ ਵੱਖ ਵੱਖ ਲੋਕਾਂ ਨੂੰ ਉਕਤ ਸ਼ਖਸ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ, ਇੱਥੋਂ ਤੱਕ ਧਮਕੀ ਦਿੱਤੀ ਜਾ ਰਹੀ ਹੈ ਕਿ ਮੈਂ ਸੁਸਾਈਡ ਕਰ ਲੂੰ ਅਤੇ ਤੁਹਾਡੇ ਸਾਰਿਆਂ ਦਾ ਨਾਮ ਵਿੱਚ ਲੈ ਦੂੰ। ਇਸ ਤੋਂ ਪਰੇਸ਼ਾਨ ਹੋਏ ਆੜ੍ਹਤੀਆਂ ਨੇ ਅੱਜ ਥਾਣਾ ਸਿਟੀ ਵੱਲ ਦਾ ਰੁੱਖ ਕੀਤਾ ਹੈ, ਜਿੱਥੇ ਉਹਨਾਂ ਨੇ ਥਾਣਾ ਸਿਟੀ ਦੇ SHO ਨੂੰ ਇੱਕ ਸ਼ਿਕਾਇਤ ਸੌਂਪੀ ਹੈ ਅਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇ। 3-4 ਦਿਨ ਪਹਿਲਾਂ ਅੰਗਰੇਜ਼ ਸਿੰਘ ਨਾਂ ਦਾ ਪੱਕਾ ਨਾਲ ਉਹਦਾ ਪਿਓ, ਦੋ ਜਣੇ ਮੰਡੀ ਆਏ ਨੇ। 1.5 ਸਾਲ ਹੋ ਗਿਆ ਸਾਡਾ ਉਹਨਾਂ ਦਾ ਮਤਲਬ ਮੇਲ ਮਿਲਾ ਚੱਲਦੇ ਨੇ। ਮੰਡੀ ਸਾਰੀ ਉਹਨੇ ਸੌਦਾ ਉਹਨੇ ਲਿਆ, ਕਹਿੰਦਾ 2-4 ਦਿਨਾਂ ਬਾਅਦ ਤੁਹਾਨੂੰ ਪੇਮੈਂਟ ਕਰ ਦਿਆਂਗਾ। ਜਦੋਂ ਅਸੀਂ ਉਹਨੇ ਪੇਮੈਂਟ ਮੰਗੀ ਤਾਂ ਸਾਨੂੰ ਉਹਨੇ ਕੋਈ ਪੇਮੈਂਟ ਦਿੱਤੀ, ਉਲਟਾ ਸਾਨੂੰ ਧਮਕੀਆਂ ਦੇ ਰਿਹਾ, ਮੈਂ ਹੀ ਕਰ ਦਿਆਂਗਾ, ਉਹ ਕਰ, ਮੈਂ ਮਰ ਜਾਵਾਂਗਾ, ਤੁਹਾਡਾ ਨਾਂ ਲੈ ਦਿਆਂਗਾ। ਸਾਨੂੰ ਬੜਾ ਹਰਾਸਮੈਂਟ ਕਰ ਰਿਹਾ। ਅੱਜ ਅਸੀਂ ਮਾਨਯੋਗ SHO ਸਾਹਿਬ ਕੋਲ ਆਏ ਹਾਂ, ਉਹਨਾਂ ਅੱਗੇ ਅਸੀਂ ਆਪਦੀ ਬੇਨਤੀ ਕੀਤੀ ਹੈ ਵੀ ਸਾਨੂੰ ਜਾਂ ਤਾਂ ਪੈਸੇ ਦਿਓ ਜਾਂ ਸਾਨੂੰ ਧਮਕੀਆਂ ਦੇ ਰਿਹਾ, ਉਹਦੇ ਬਰਖਿਲਾਫ਼ ਕਾਰਵਾਈ ਕਰੋ। ਔਰ SHO ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਇਹਦੇ 'ਤੇ ਪੂਰੀ ਕਾਰਵਾਈ ਕਰਾਂਗੇ, ਅਤੇ ਇਸ ਕਰਕੇ ਅੱਜ ਆਏ।